छोटे जिहे अंतराल बाद फिर तो तुहाडा स्वागत है। तो हुण असीं गल करदे आ जिहड़ियां अखबार हाजिर दे विचों सुरखियां दीआं कि अखबारां दीआं सुरखियां की कहिंदियां ने, पर उस तों पहलां जिहड़ी इक वीडियो मैं तुहाडे नाल सांझी करना चाह रहा। तो वह वीडियो जिहड़ी आ कल जिहड़ी असीं एक खबर लेटैसट दसी सीगी कि पंजाब प्रदेश कांग्रेस पार्टी के साबका प्रधान नवजोत सिंह सिद्धू जिहड़े ने उन्होंने पंजाब के मुख्यमंत्री भगवंत मान के नाल जिहड़ी आ एक मीटिंग की आ, एक गलबात की आ, उस दे विच की गल्लां बातां कीतियां गईयां, की जिहड़े ने फैसले ले गए ने। तो जिहड़ी आ उस मीटिंग तो बाद नवजोत सिंह सिद्धू होना ने जिहड़ा आ पत्रकारां नाल गलबात करदे आ जिहड़ी आ वो कही आ, ते आओ देखदे आ इक छोटा जिहा वीडियो, ते फिर करांगे उस ते जिहड़ी विचार चर्चा। यस यस मेरी सीएम साहब ना हो जाए, सीएम साहब मैं की करा, उहदे च कोई होमा नहीं, कोई हंकार नहीं। जिवें 10-15 साल पहला सी, जिवें 6 महीने पहला सी, अज भी होंगे, शायद उदों ज्यादा नहीं होंगे। और उन्होंने समझ आया ਕਿਹੜੀ ਚੀਜ਼ ਨਹੀਂ ਕਰ ਸਕਦਾ, ਕੋਈ ਨਵੀਂ ਚੀਜ਼ ਲੈ ਕੇ ਨਹੀਂ ਆਇਆ ਮੇਰੇ ਕੋਲ। ਇਹ ਦਰਦ, ਇਹ ਪੀੜ ਬਹੁਤ ਸੇ ਐਸੇ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਨਾਲ ਮੈਂ 7 ਸਾਲਾਂ ਤੋਂ ਲੜਦਾ ਸਰਕਾਰ ਦੇ ਵਿੱਚ ਵੀ ਲੜਦਾ ਸੀ, ਸੱਤਾ ਦੇ ਵਿੱਚ ਵੀ ਲੜਦਾ ਸੀ, ਉਹੀ ਗੱਲਾਂ ਕਰਦਾ ਸੀ ਕਿ ਪੰਜਾਬ ਦਾ ਉਤਥਾਨ ਉਹਦੀ ਇਨਕਮ ਦੇ ਵਿੱਚ, ਲਾਅ ਐਂਡ ਆਰਡਰ ਦੇ ਮਸਲਿਆਂ ਨੂੰ ਛੱਡ ਕੇ ਉਹਦੀ ਜਿਹੜੀ ਇਨਕਮ ਉਹਦੇ ਪੰਜਾਬ ਦਾ, ਪੰਜਾਬ ਗਿਰਵੀ ਰੱਖਤਾ ਠੇਕੇਦਾਰੀ ਸਿਸਟਮ, ਠੇਕੇਦਾਰੀ ਸਿਸਟਮ ਦੇ ਪਿੱਛੇ ਪੋਲੀਟੀਸ਼ੀਅਨ ਖੜਾ। ਮੈਂ ਕਦੇ ਕਿਹਦਾ ਨਾਂ ਲਿਆ, ਮੇਰਾ ਨਾਂ ਹਜ਼ਾਰਾ ਲੈ ਲਿਆ, ਡਲਾ ਨਾਂ ਮਾਰ ਕੇ ਸ਼ਾਇਦ ਆਪਣਾ ਨਾਮ ਵੀ ਥੋੜ੍ਹਾ ਬਹੁਤਾ ਚਮਕਾਉਂਦੇ। ਫਿਰ ਮੈਂ ਕਦੇ ਕਿਸੇ ਨੂੰ ਜਵਾਬ ਦਿੱਤਾ, ਕਿਉਂਕਿ ਮੇਰੀ ਨਿੱਜੀ ਲੜਾਈ ਨਹੀਂ ਸੀ, ਮੈਂ ਇੱਕ ਸਿਸਟਮ ਦੇ ਖਿਲਾਫ ਲੜਾਈ ਸੀ, ਅੱਜ ਵੀ ਚੱਲਦੀ। ਔਰ ਮੈਨੂੰ ਇੱਕ ਚੀਜ਼ ਦਿਖਦੀ ਹੈ, ਮੈਨੂੰ ਇੱਕ ਚੀਜ਼ ਦਿਖਦੀ, ਪੰਜਾਬ ਦੇ ਜਿਹੜੇ ਗੱਦਾਰ ਨੇ ਉਹਨਾਂ ਦਾ ਵਕਤ ਆ, ਚਾਹੇ ਉਹ ਰੇਤੇ ਵਾਲੀ ਗੱਲ ਹੋਵੇ। ਮੈਂ ਜੋ ਮੇਰੇ ਰੂਹ ਦੀ ਆਵਾਜ਼ ਸੀ, ਮੈਂ ਉਹਨੂੰ ਕਹੀ ਕਿ ਜਿੱਦਣ ਠੇਕੇਦਾਰ ਮੁਕਾ ਦੇਗਾ ਪਿੱਛੇ ਖੜਾ ਪੋਲੀਟੀਸ਼ੀਅਨ ਦਿਖ ਦੂਗਾ ਹੋਵੇ ਕੋਈ, ਤੇ ਜਿੱਦਣ ਰੇਟ ਫਿਕਸ ਕਰ ਦੇਗਾ ਰੇਤੇ ਦੇ, ਸ਼ਰਾਬ ਕਿਤੇ ਰੇਟ ਤੋਂ ਬਿਨਾਂ ਵਿਕਦੀ, ਤੇ ਉਦਣ ਹੀ ਮਿੱਤਰਾ ਸਭ ਕੁਝ ਸ਼ੂਟ ਹੋ ਜੂਗਾ, ਕਿਉਂਕਿ ਦੇਰ ਇਜ਼ ਨਥਿੰਗ ਕਾਲਡ ਦੀ ਸੈਂਡ ਮਾਫੀਆ, ਇਟ ਇਜ਼ ਦੀ ਟਰਾਂਸਪੋਰਟ ਮਾਫੀਆ। ਦੇਸ਼ ਤੇਲੰਗਾਨਾ ਇੱਕ ਹਫ਼ਤੇ ਦੇ ਵਿੱਚ 57 ਕਰੋੜ ਕਮਾਉਂਦਾ, ਸਾਡੀਆਂ ਸਰਕਾਰਾਂ 40-40 ਕਰੋੜ ਕਮਾਉਂਦੀਆਂ ਰਹੀਆਂ ਸਾਲ 'ਚ, ਫਰਕ ਕਿੱਥੇ ਹੈ, ਫਰਕ ਠੇਕੇਦਾਰੀ 'ਚ। ਅਤੇ 25 ਹੈਕਟੇਅਰ ਅਲਾਊਡ ਹੈ ਜਿਹੜੀ ਠੇਕੇਦਾਰਾਂ ਨੂੰ ਦਿੱਤੀ ਹੈ 25 ਹੈਕਟੇਅਰ, ਉਹਦੇ ਤਾਂ ਰੇਤਾ ਹੈ ਹੀ ਨਹੀਂ, ਰੇਤ ਦੀ ਗੱਲ। ਸ਼ਰਾਬ ਦੀ ਗੱਲ ਕੀਤੀ ਵੀ ਭਾਈ ਕਾਰਪੋਰੇਸ਼ਨ ਜਿਹੜੀ ਤੁਸੀਂ ਠੇਕੇਦਾਰੀ ਵਾਲੀ ਗੱਲ ਕਰਦੇ ਹੋ ਨਾ, ਜਿਹੜਾ ਦਿੱਲੀ ਦੇ ਵਿੱਚ ਦੀਪ ਭਲੋਤਰੇ ਉਹਨਾਂ ਨੂੰ ਦਿੰਦੇ, ਉਹਦੇ ਨਾਲ ਨਹੀਂ ਖੜਨਾ ਪੰਜਾਬ, ਉਹਦੇ ਨਾਲ ਤਾਂ 400 ਵਧਾ ਲਉਂਗੇ, 500 ਕਰੋੜ ਵਧਾ ਲਉਂਗੇ, ਜੇ ਵਧਾਉਣਾ ਤਾਂ 25,000 ਕਰੋੜ ਦਾ ਕੱਢ L1 ਦੇ ਲਾਇਸੈਂਸ, ਤੇ ਦੱਸ ਕਿਤੇ ਕਿਤੇ ਕੋਲ, ਤੇ ਕੌਣ ਪੰਜਾਬ ਦਾ ਗੱਦਾਰ ਜਿਹੜਾ ਪੋਲੀਟੀਸ਼ੀਅਨ ਵਰਤਦਾ ਸੀ, ਤੇ ਕਿਹੜਾ ਚੋਰੀ ਕਰਦਾ ਸੀ ਤੇ ਨਾਲ ਸੀਨਾ ਜੁੜੀ, ਪਤਾ ਲੱਗ ਜਾਣੀ, ਕੋਤਲੇ ਜਾਣੇ ਇੱਕੋ, ਸਮਝ ਲਓ ਮੇਰੀ ਗੱਲ। ਇਹ ਵੀ ਕਿਹਾ ਕਿ ਪੰਜਾਬ ਨੂੰ ਠੇਕੇਦਾਰੀ ਨਾਲ ਆਊਟਸੋਰਸ ਕਰਤਾ ਕਿਰਦੀ ਤੱਕ, ਔਰ ਮੇਰੀ ਲੜਾਈ ਉਦੋਂ ਤੱਕ ਜਾਰੀ ਰਹੂ ਜਦ ਤੱਕ ਕੋਈ ਇਹ ਪੂਰਾ ਨਹੀਂ ਕਰਦਾ, ਔਰ ਜਿੱਦਣ ਇਹ ਪੂਰਾ ਕਰ ਦੂ ਜਾਂ ਕਰ ਦੂ ਬੈਠ ਲਓ। ਤਿੰਨੋਂ ਹੀ ਚੀਜ਼ਾਂ ਨੇ ਜਿਹੜੀਆਂ GST ਤੋਂ ਪਰੇ ਨੇ, ਪੈਟਰੋਲ, ਡੀਜ਼ਲ, ਰੇਤਾ ਕੁਛ ਹੱਦ ਤੱਕ, ਅਤੇ ਸ਼ਰਾਬ ਬਿਲਕੁਲ। ਜਿਹੜੀਆਂ ਪ੍ਰਾਈਵੇਟ ਡਿਸਟਿਲਰੀਆਂ ਨੇ ਉਹ ਕਿੰਨੀ ਐਕਸਾਈਜ਼ ਡਿਊਟੀ ਚੋਰੀ ਕਰਦੀਆਂ, 100 ਰੁਪਈਏ ਦੀ ਕਿੰਨੇ ਨੂੰ ਵਿਕਦੀ ਹੈ, ਕਿਸੇ ਬੋਤਲ ਦੇ ਉੱਤੇ ਚਿੱਪ ਹੈਗੀ, ਠੀਕ ਹੈ। ਇਹ ਘੱਟ ਤੋਂ ਘੱਟ ਨਹੀਂ 25-30,000 ਕਰੋੜ ਦੀ ਗੇਮ ਹੈ, 10,000 ਕਰੋੜ ਦੇ ਤਾਂ L1 ਦੇ ਲਾਇਸੈਂਸ ਨੇ ਮਿੱਤਰ ਪਿਆਰਿਆ, ਅਤੇ ਜਿਹਨਾਂ ਚੋਰੀ ਕੀਤੀ ਹੈ ਟੰਗ ਦੇ ਜਾਂ ਕਾਰ ਕਰੂ ਕਿਸੇ ਪਾਰਟੀ ਦਾ।
ਉਮੀਦ ਹੈ ਮੈਨੂੰ, ਉਮੀਦ ਹੈ, ਪੂਰੀ ਉਮੀਦ ਆ। ਦੇਖਿਓ ਤੁਸੀਂ ਇਹ ਹੋਣਾ ਕੇਵਲ ਮੋਨੋਪੋਲੀ ਤੋੜ ਮਿੱਤਰਾ, ਮੈਨੂੰ ਲੱਗਦਾ ਤੋੜੂ। ਇਹੀ ਚੀਜ਼ਾਂ ਮੈਂ 5 ਸਾਲ ਆਪਣੀ ਸਰਕਾਰ ਨੂੰ ਕਹਿੰਦਾ ਰਿਹਾ, ਨਾਮ ਕਹਿੰਦਾ ਰਿਹਾ ਹੋਵਾਂ ਤੇ ਮੈਨੂੰ ਗੁਨਾਹਗਾਰ ਮੰਨੀ। ਕੋਈ ਅੱਧ ਚੀਜ਼ ਕਹਿੰਦਾ ਉਹ ਕਿਸੇ ਦਾ ਨਾਂ ਲਿਆ, ਉਹੀ ਸਿਸਟਮ ਮੋਨੋਪੋਲੀ ਤੋੜ ਮਿੱਤਰਾ। ਜਿੱਥੇ ਦੇਖੋ ਘੀ ਕਰਕੇ ਤਾਰਾਂ ਪਾਲੀਆਂ, ਜਿੱਥੇ ਦੇਖੋ ਜਿਹੜੇ ਪੋਲ ਦੇ ਉੱਤੋਂ ਤਾਰਾਂ ਘੁਮਾਤੀਆਂ, ਤੁਹਾਡੇ ਪਿਓ ਦਾ ਰਾਜ ਆ ਉਹ। ਹੈਂ, ਤੁਸੀਂ ਡਰਾਵੇ ਦਿੰਦੇ ਹੋ, ਤੁਸੀਂ ਕਹਿੰਦੇ ਹੋ ਜੇ ਸਾਡੇ ਫਾਸਟ ਵੇ 'ਤੇ ਚੱਲਣਾ ਅਤੇ ਇੰਨੇ ਦੇ ਜ਼ਿਆਦਾ ਪਤਾ ਮਿੱਤਰ ਪਿਆਰੇ ਕਿੱਥੇ ਹੈ ਟੀ ਵੀ 18 ਸਾਰੇ ਪਤਾ ਕਰ ਲਓ, ਨਹੀਂ ਪਤਾ ਕਿੰਨੇ ਮੰਗਦੇ ਆ, ਨਹੀਂ ਕੱਟ ਰਿਹਾ ਬੇਟਾ ਬਦਲੂ ਗੁਰਬਾਣੀ। 7 ਸਾਲ ਪਹਿਲਾਂ ਗਏ ਸਰਬ ਸਾਂਝੀ ਹੈ, ਕਿਉਂ ਇੱਕ ਚੈਨਲ 'ਤੇ ਆਵੇ ਬਾਈ? ਮੈਨੂੰ ਲੱਗਦਾ ਸਿੱਧੂ ਜੀ ਪੰਜਾਬ ਖੜਦਾ ਹੀ ਯਾਰ, ਤੂੰ ਸਵਾਲ ਹਾਲੇ ਤੇਰੇ ਕੋਈ ਨਹੀਂ। ਪਿਛਲੇ 7 ਸਾਲਾਂ ਦਾ ਇੱਥੇ ਹੀ ਲੱਗਿਆ, ਤੂੰ ਮੈਨੂੰ ਟੀ ਆਰ ਪੀ ਵਾਲੇ ਉਸ ਚੁਣਾਉਣ ਲਿਆਈ, ਮੈਂ ਉਲਝਣਾ। ਚੌਥੀ ਚੀਜ਼ ਕਿ ਭਾਈ ਟੈਂਡਰਾਂ 'ਚ ਕਰ ਲੈਂਦੀ ਇੱਕ ਸਟੈਂਡਰਡ ਟੈਂਡਰ ਸਿਸਟਮ, ਉਹ ਸਟੈਂਡਰਡ ਟੈਂਡਰ ਸਿਸਟਮ ਜਿਹੜਾ ਹੈਗਾ ਚੀਫ ਮਿਨਿਸਟਰ ਦੇ ਕੋਲ ਥੱਲੇ ਹੋ। ਦੇਖੋ ਫਿਰ ਇਹ ਜਿਹੜੀਆਂ 4-5 ਕੰਪਨੀਆਂ ਨੂੰ ਆਊਟਸੋਰਸ ਕੀਤਾ, ਭਾਈ ਕਾਨੂੰਨ ਤੇ 92 MLA ਨੇ ਬਣਾਉਣਾ ਤੇ ਕਾਨੂੰਨ ਬਣਾਈ ਜਾਂਦੀਆਂ ਕੰਪਨੀਆਂ ਤੇ MLA ਕੀ ਕਰੂ? ਇਹ ਵੀ ਮੈਨੂੰ ਲੱਗਦਾ ਖਾਸ ਹੈ ਮੈਨੂੰ ਇਹ ਹੋਊ ਤੇ ਜਾ ਗਿਆ ਕਾਂ ਨਹੀਂ ਹੈ ਤਾਂ ਪਹਿਰੇਦਾਰੀ ਬੜਾ ਸਿੱਧਾ ਸਾਫ। ਔਰ ਮੈਨੂੰ ਅੱਜ ਇਹ ਮਹਿਸੂਸ ਹੋਇਆ ਕਿ ਮੈਂ ਕਿਸੇ ਚੀਫ ਮਿਨਿਸਟਰ ਨੂੰ ਨਹੀਂ ਮਿਲਿਆ, ਜਿੰਨਾ ਕੁ ਦਰਦ ਮੈਨੂੰ ਹੈ ਉਹਨੂੰ ਤੁਹਾਨੂੰ ਸਮਝਦੇ ਹੋ। ਠੀਕ ਹੈ, ਕਰ ਭਾਈ PPA ਰੱਦ, ਕਿਵੇਂ ਰੱਦ ਹੋਣਗੇ ਸਮਾਰਟ PPA ਸਾਨੂੰ? ਟੈਰਿਫ ਆਰਡਰ ਕਰੋ ਪਬਲਿਕ ਇੰਟਰਸਟ ਦੇ ਵਿੱਚ, ਔਰ ਕਹੋ ਕਿ ਲੋਕਾਂ ਨੂੰ ਜਿਹੜੀ ਬਿਜਲੀ 2 ਰੁਪਈਏ ਦੀ ਮਾਰਕੀਟ ਦੇ ਵਿੱਚ 17 ਦੀ ਕਿਉਂ ਮਿਲੇ? ਦਿਓ ਡਾਇਰੈਕਟਿਵ, ਥੋਕ ਡਾਇਰੈਕਟਿਵ ਦਿਓ, ਜਿਹੜਾ ਬੋਰਡ ਹੈ ਇਹ ਮੈਂਡੇਟਰੀ ਹੈ ਪਬਲਿਕ ਇੰਟਰਸਟ ਕਿਉਂ ਲਾਗੂ ਕਰੋ? ਲੇਕਿਨ ਆਪਣੇ ਪੈਸਿਆਂ ਦਾ ਇਨਕਮ ਦਾ 25-30,000 ਕਰੋੜ ਰੁਪਈਆ ਮਿਨੀਮਮ 10,000 ਕਰੋੜ ਤੇ L1 ਦੇ ਲਾਇਸੈਂਸ ਤੋਂ, 25-30,000 ਕਰੋੜ ਸ਼ਰਾਬ ਤੋਂ, ਅਤੇ ਜੇ ਦਿੱਲੀ ਮਾਡਲ ਤੋਂ 20,000 ਕਰੋੜ ਨਹੀਂ ਨਿਕਲਿਆ ਤਾਂ ਭਾਈ ਸਾਡੇ ਵਾਲਾ ਲਾ ਲੈ, ਸਮਝ ਨਹੀਂ 2-3,000 ਕਰੋੜ ਰੁਪਈਆ ਕਰ ਲਿਆ ਸਾਡਾ ਕੋਈ ਕੰਪੀਟੀਸ਼ਨ ਕਰ ਨਹੀਂ ਰਹੇ। ਇਹ ਗੱਲ ਨੂੰ ਛੜਾਓ ਜ਼ਮੀਨ ਤੇ ਲਓ ਨਾਮ, ਭਾਵੇਂ ਕੋਈ ਮੁੱਖ ਮੰਤਰੀ ਹੋਵੇ ਅਤੇ ਭਾਵੇਂ ਕਿਸੇ ਪਾਰਟੀ ਦਾ ਹੋਵੇ, ਠੋਕੋ ਨਾ, ਨਾਲੇ ਪ੍ਰੋਪਰਟੀਆਂ ਸੀਜ਼ ਕਰੋ। ਹਿੰਮਤ ਕਿਵੇਂ ਹੋਈ ਪੰਜਾਬ ਦੀਆਂ ਜ਼ਮੀਨਾਂ ਦੱਬਣ? ਜਿੰਨੀਆਂ ਜ਼ਮੀਨਾਂ ਛੜਾਈਆਂ ਮੈਂ ਤਾਰੀਫ ਕੀਤੀਆਂ, ਡਟ ਕੇ ਕੀਤੀਆਂ, ਸਮਝੋ ਜਦੋਂ ਮੈਂ ਫਾਈਲਾਂ ਲੈ ਕੇ ਗਿਆ ਸੀ, ਜਿਹਦੇ ਕੋਲ ਲੈ ਕੇ ਗਿਆ ਸੀ ਉਹਨੀ ਦੱਬੀਆਂ ਹੋਈਆਂ ਸੀ, ਉਹਨੇ ਕਾਰਵਾਈ ਕੀ ਕਰਨੀ ਸੀ? ਲੋਕਾਂ ਨੇ ਉਹ ਰਵਾਇਤੀ ਸਿਸਟਮ ਬਦਲਤਾ, ਮੌਕਾ ਹੈ, ਇਤਿਹਾਸ ਉਹਦਾ, ਕ੍ਰੈਡਿਟ ਉਹਦਾ, ਸਾਡੀ ਤਾਂ ਪਹਿਰੇਦਾਰੀ ਹੈ, ਜੇ ਕਰੂ ਕੋਈ ਵਿੱਚ ਵਾਲਾ ਕੰਮ ਹੀ ਹੈ ਨੀ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਮੀਟਿੰਗ ਨੂੰ ਵੀ ਅੱਜ ਕੋਈ ਫੁੱਲਾਂ ਵਾਲੀ ਮੀਟਿੰਗ ਨਹੀਂ ਗਿਣਦਾ, ਉਹੀ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਦੇ ਮਸਲਿਆਂ ਲਾਅ ਐਂਡ ਆਰਡਰ ਦੀ ਗੱਲ ਕਰੀ, ਫਾਈਨੈਂਸ਼ੀਅਲ ਐਮਰਜੈਂਸੀ ਦੀ ਗੱਲ ਕਰੀ, ਨਸ਼ਾ ਦੇਖੋ ਤੁਸੀਂ ਕਿਸ ਤਰੀਕੇ ਦਾ, ਨਸ਼ੇ ਦੀ ਗੱਲ ਕਰੀ, ਜਿਹੜਾ ਪੋਲੀਟੀਸ਼ੀਅਨ ਡਰੱਗ ਪੈਡਲਰ ਔਰ ਪੁਲਿਸ ਦੇ ਵਿੱਚ ਨੈਕਸਸ ਹੈ, ਤੋੜੀ ਹੈ, ਛੱਤਕ ਨਹੀਂ ਟੁੱਟੂਗਾ ਤੁਹਾਨੂੰ ਆਪ ਨੂੰ ਅਹਿਸਾਸ ਹੋਊਗਾ, ਉਹ ਤਾਂ ਕਿ ਸਭ ਕੁਝ ਚੱਲੀ ਜਾਊਗਾ, ਵੱਡੀਆਂ ਮਗਰਮੱਛ ਕਾਂ ਟੰਗੋ, ਜਿਹੜੇ ਗੁਨਾਹਗਾਰ ਨੇ ਸਜ਼ਾ ਦਿਓ, ਜਿਹੜੇ ਰਾਜ 'ਚ ਚੰਗਾ ਕੰਮ ਕਰਨ ਵਾਲੇ ਦੀ ਪਿੱਠ ਨਹੀਂ ਠੋਕੋਗੇ, ਮਾੜਾ ਕੰਮ ਕਰਨ ਵਾਲੇ ਨੂੰ ਸਜ਼ਾ ਨਹੀਂ ਦਿਓਗੇ, ਉਹ ਤਬਾਹ ਹੋਏਗਾ ਹੀ, ਇਹ ਪ੍ਰਮਾਣ ਹੈ ਪਿਛਲੇ ਇੰਨੇ ਸਾਲ। ਲੇਕਿਨ ਜਿਸ ਤਰ੍ਹਾਂ ਉੱਦਾਂ ਲੜਦਾ ਰਿਹਾ, ਕੋਈ ਮੁੱਦੇ ਅੱਜ ਨਵੇਂ ਨਹੀਂ ਚੱਕੇ, ਪਰ ਇਹ ਇੱਕ ਨਵੀਂ ਸੋਚ ਪੰਜਾਬ ਦੇ ਲੋਕਾਂ ਨੇ
एक नवा मैंडेट उसकी मैं रिस्पैक्ट करता उसकी मैं इज्जत करता। ये नहीं कि सानू ओदे चाहिए पंजाब की सदगति दे विच वो खुशी मिलेगी। एग्जीक्यूशन की ताकत इन्हां कोल पोलिटिकल विल अगर दिखाउणगे ते मेरे वल्लों शुभकामना मेरे वल्लों पंजाब दी सदगति दे विच मेरा कल्याण कर ये अरदास हमेशा होंदी रहेगी। बाकी सिद्धी जी गल है मित्र प्यारे मैं दुनिया नूं जवाबदेही होण नाल अपने अंदर बैठे परमात्मा नूं जवाबदेही और मैं परमात्मा पंजाब दे लोकां दी वर्करी उह करनी है पंजाब दे लोकां दी वर्करी सब तों वड्डी दात होंदी है। इन्ना मैं कहना सी सवाल नहीं कोई कोई होर होनी थोनू जी इनफॉरमेशन उत्ते जो होया मैं वो भी इनफॉरमेशन दे के चलिया पॉजिटिव मीटिंग में बहुत पॉजिटिव इस करके कि देखो जो कोई बंदा रिसेप्टिव होंगे ता ही थोनू 50 मिनट का पता नहीं लगता नहीं तो वक्त ठहर जाता जिते थोड़ा यह लगता है कि बंदा रिसेप्टिव भी सामने तो वक्त ठहर जाता तो पाइए। मैं अपनी सरकार च अपने मुख्यमंत्रियों को कहता रहा ते इस मुलाकात दे विच नवजोत सिंह सिद्धू जी हुणा ने जिहड़ियां काफ़ी गल्लां बातां जिहड़ियां सांझियां कीतियां ते एक वड्डी खबर जिहड़ी आ सामने आ रही है कि मोहाली दे इंटैलीजेंसी जिहड़ा पुलिस विभाग दे विच जिहड़ा एक ब्लास्ट होया उहदे उत्ते जिहड़े आ कई तरह दियां जिहड़ियां खबरां जिहड़ियां सोशल मीडिया ते छप रहियां ने कि उहदे विच कहा गया कि जिहड़ा आ कल देर रात शामे 7:45 यानी 7:45 जिहड़ा आ धमाका जिहड़ा होया आ ते इस धमाके दे विच गनीमत यह रही है कि किसी दे भी जिहड़ा आ जानी नुकसान होण दा जिहड़ा आ ਉਹ ਕੋਈ ਵੀ ਅੰਕੜਾ ਨਹੀਂ ਦੱਸਿਆ ਗਿਆ ਕੋਈ ਵੀ ਜਿਹੜੇ ਆ ਕਿਸੇ ਨੂੰ ਜਾਂ ਸੱਟਾਂ ਲੱਗਣ ਦੀ ਗੱਲ ਜਾਂ ਕੋਈ ਜ਼ਖਮੀ ਹੋਣ ਦੀ ਗੱਲ ਜਾਂ ਕਿਸੇ ਦੇ ਮਰਨ ਦੀ ਜਿਹੜੀ ਆ ਖਬਰ ਜਿਹੜੀ ਆ ਸਾਹਮਣੇ ਨਹੀਂ ਆਈ ਆ ਪਰ ਜਿਹੜਾ ਆ ਉਹ ਇਲਾਕਾ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਆ ਅਤੇ ਜਿਹੜੇ ਨੇ ਪੁਲਿਸ ਕਰਮਚਾਰੀ ਨੇ ਲਗਾਤਾਰ ਜਿਹੜੇ ਆ ਉੱਥੇ ਤਾਇਨਾਤ ਕਰ ਦਿੱਤੇ ਗਏ ਨੇ ਅਤੇ ਇਸ ਦੀ ਜਿਹੜੀ ਆ ਜਾਂਚ ਜਿਹੜੀ ਆ ਲਗਾਤਾਰ ਜਿਹੜੀ ਆ ਉਹ ਜਿਹੜੀ ਆ ਉਹ ਕੀਤੀ ਜਾ ਰਹੀ ਆ ਅਤੇ ਜਿਹੜੀ ਫੈਰੋਸਿਕ ਟੀਮਾਂ ਨੇ ਉਹ ਇਸ ਜਿਹੜੀਆਂ ਨੇ ਉਸ ਘਟਨਾਕ੍ਰਮ 'ਤੇ ਜਿਹੜੀਆਂ ਨੇ ਉੱਥੇ ਪੁੱਜੀਆਂ ਨੇ ਅਤੇ ਉੱਥੇ ਜਾ ਕੇ ਜਿਹੜੀ ਆਪਣੀ ਜਾਂਚ ਸ਼ੁਰੂ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਜਿਹੜਾ ਆ ਇਸ ਦੇ ਪਿੱਛੇ ਕੀ ਕਾਰਨ ਸੀਗਾ ਜਾਂ ਕਿਸ ਤਰ੍ਹਾਂ ਦਾ ਜਿਹੜਾ ਆ ਇਹ ਕਿਉਂ ਕੀਤਾ ਗਿਆ ਆ ਇਸ ਘਟਨਾ ਨੂੰ ਅੰਜਾਮ ਦੇਣ ਦੇ ਪਿੱਛੇ ਕਿਹਨਾਂ ਲੋਕਾਂ ਦਾ ਹੱਥ ਸੀਗਾ ਹਾਲੇ ਜਿਹੜੀ ਆ ਇਹ ਜਾਂਚ ਜਿਹੜੀ ਆ ਲਗਾਤਾਰ ਚੱਲ ਰਹੀ ਆ ਪਰ ਇਸ ਧਮਾਕੇ ਦੇ ਨਾਲ ਜਿਹੜਾ ਆ ਆਲੇ ਦੁਆਲੇ ਦੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਆ ਸਹਿਮ ਦਾ ਮਾਹੌਲ ਜਿਹੜਾ ਆ ਉਹ ਲਗਾਤਾਰ ਬਣਿਆ ਹੋ ਜਾ ਰਿਹਾ ਅਤੇ ਦੂਸਰੀ ਗੱਲ ਅਸੀਂ ਦੇਖੀਏ ਕਿ ਇਸ ਤੋਂ ਪਹਿਲਾਂ ਕੁਝ ਕੁ ਦਿਨਾਂ ਪਹਿਲਾਂ 2 ਹਫ਼ਤੇ ਪਹਿਲਾਂ ਬੁੜੈਲ ਜੇਲ੍ਹ ਦੇ ਵਿੱਚ ਵੀ ਜਿਹੜਾ ਆ ਇੱਕ ਕਾਲੇ ਬਸਤੇ ਦੇ ਵਿੱਚ ਜਿਹੜਾ ਆ ਕਾਰਤੂਸ ਜਿਹੜਾ ਬਰਾਮਦ ਕੀਤਾ ਗਿਆ ਸੀਗਾ। ਇਹ ਜਿਹੜੀ ਆ ਮੋਹਾਲੀ ਦੇ ਵਿੱਚ ਦੂਜੀ ਘਟਨਾ ਲਗਾਤਾਰ 1 ਮਹੀਨੇ ਦੇ ਅੰਦਰ ਅੰਦਰ ਜਿਹੜੀ ਆ ਉਹ ਪਾਈ ਜਾ ਰਹੀ ਆ। ਇਸ ਦੇ ਪਿੱਛੇ ਕੀ ਕਾਰਨ ਹੈ, ਕੌਣ ਸ਼ਰਾਰਤੀ ਅਨਸਰ ਨੇ ਜਾਂ ਕਿਹਨਾਂ ਅਨਸਰਾਂ ਦੇ ਕਰਕੇ ਜਿਹੜਾ ਆ ਇਹ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕੀਤਾ ਜਾ ਰਿਹਾ ਹੈ, ਜਾਂ ਇਸ ਦੇ ਪਿੱਛੇ ਕੀ ਹੋਰ ਘਟਨਾਵਾਂ ਨੇ ਜਾਂ ਕੀ ਕਿੱਸੇ ਜੁੜੇ ਨੇ, ਕਿਹੜੀਆਂ ਕੜੀਆਂ ਹੋਰ ਨੇ, ਕਿਹੜੇ ਲੋਕ ਇਹਨਾਂ ਦੇ ਨਾਲ ਜਿਹੜੀ ਆ ਜੁੜੀ ਆ, ਲੋਕ ਕਿਹੜੇ ਜਿਹੜੇ ਆ ਸਾਹਮਣੇ ਆ ਰਹੇ ਨੇ। ਪਰ ਇਹਨਾਂ ਘਟਨਾਵਾਂ ਨੂੰ ਲਗਾਤਾਰ ਜਿਹੜਾ ਆ ਅੰਜਾਮ ਦਿੱਤਾ ਜਾ ਰਿਹਾ ਆ, ਚਾਹੇ ਉਹ ਬੁੜੈਲ ਜੇਲ੍ਹ ਦੇ ਵਿੱਚੋਂ ਜਿਹੜਾ ਆ ਕਾਰਤੂਸ ਮਿਲਣ ਦੀ ਜਿਹੜੀ ਆ ਗੱਲ ਕੀਤੀ ਗਈ ਸੀਗੀ, ਜਾਂ ਹੁਣ ਜਿਹੜਾ ਆ ਇੰਟੈਲੀਜੈਂਸੀ ਵਿਭਾਗ ਦੇ ਦਫ਼ਤਰ ਦੇ ਵਿੱਚ ਜਿਹੜਾ ਆ ਧਮਾਕਾ ਹੋਇਆ ਆ। ਪੁਲਿਸ ਦੇ ਹੱਥ ਜਿਹੜੇ ਨੇ ਲਗਾਤਾਰ ਜਿਹੜੇ ਨੇ ਉਹ ਖਾਲੀ ਦਿਖਾਈ ਦਿੱਤੇ ਨੇ ਅਤੇ ਇਸ ਦੇ ਪਿੱਛੇ ਜਿਹੜਾ ਪ੍ਰਸ਼ਾਸਨ ਜਿਹੜਾ ਆ ਵੀ ਜਿਹੜਾ ਕਾਫੀ ਜਿਹੜਾ ਆ ਇਸ ਦੀ ਛਾਪੇਮਾਰੀ ਵੀ ਕਰ ਰਿਹਾ। ਅਤੇ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਲੈ ਕੇ 7 ਵਜੇ ਤੋਂ ਲੈ ਕੇ ਜਿਹੜਾ ਆ 8 ਵਜੇ ਤੱਕ, 9 ਵਜੇ ਤੱਕ, 10 ਵਜੇ ਤੱਕ ਜਿਹੜਾ ਲਗਾਤਾਰ 7,000 ਮੋਬਾਈਲ ਫੋਨਾਂ ਦੇ ਦੀਆਂ ਜਿਹੜੀਆਂ ਕਾਲਾਂ ਨੂੰ ਜਿਹੜਾ ਆ ਚੈੱਕ ਕੀਤਾ ਜਾ ਰਿਹਾ ਆ ਅਤੇ ਕੌਣ ਇਹਨਾਂ ਦੇ ਪਿੱਛੇ ਕਿਸ ਤਰ੍ਹਾਂ ਦੀ ਜਿਹੜੀ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਆ, ਇਸ ਦੇ ਪਿੱਛੇ ਕੌਣ ਹੈ, ਅਤੇ CCTV ਕੈਮਰੇ ਵੀ ਜਿਹੜੇ ਨੇ ਉਹਨਾਂ ਦੀਆਂ ਫੋਟੋਜ਼ ਦੇਖੀਆਂ ਜਾ ਰਹੀਆਂ ਨੇ, ਵੀਡੀਓਜ਼ ਦੇਖੀਆਂ ਜਾ ਰਹੀਆਂ ਨੇ, ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਕੋਈ ਸਵਿਫਟ ਕਾਰ ਦੇ ਵਿੱਚ ਸਵਾਰ ਹੋ ਕੇ ਜਿਹੜਾ ਆ ਆਇਆ ਸੀ। ਇਸੇ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਨੇ ਉਹ ਲਗਾਤਾਰ
ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਅਤੇ ਉਸ ਤੋਂ ਬਾਅਦ 'ਚੋਂ ਜੇ ਅਸੀਂ ਗੱਲ ਕਰੀਏ ਭਗਵੰਤ ਮਾਨ ਦੀ ਜਿਹੜੀ ਆ ਸਿੱਧੂ ਦੇ ਨਾਲ ਮੀਟਿੰਗ ਹੈ ਉਸ ਦੇ ਵਿੱਚ ਕਈ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ ਅਤੇ ਅੱਜ ਦੀ ਜਿਹੜੀ ਮੀਟਿੰਗ ਹੈ ਭਗਵੰਤ ਮਾਨ ਦੀ ਉਹ ਅਧਿਆਪਕਾਂ ਦੇ ਨਾਲ ਵੀ ਸੀਗੀ ਅਤੇ ਜਿਹੜੀ ਆ ਲਾਠੀਚਾਰਜ ਹੋਈ ਆ ਸਿੱਖਿਆ ਮੰਤਰੀ ਦੇ ਘਰ ਦੇ ਸਾਹਮਣੇ ਉੱਥੇ ਅਧਿਆਪਕਾਂ ਦੇ ਵਿੱਚ ਕਾਫੀ ਜਿਹੜਾ ਆ ਰੋਸ ਪਾਇਆ ਜਾ ਰਿਹਾ ਸੀਗਾ ਅਤੇ ਅੱਜ ਜਿਹੜੀ ਆ ਮੀਟਿੰਗ ਵੀ ਜਿਹੜੀ ਆ ਉਹਨਾਂ ਦੇ ਨਾਲ ਮੁੱਖ ਮੰਤਰੀ ਦੇ ਨਾਲ ਅਧਿਆਪਕਾਂ ਦੀ ਹੋਣੀ ਸੀ ਅਤੇ ਭਗਵੰਤ ਮਾਨ ਨੇ ਆਪਣੇ ਬਿਆਨ ਦੇ ਵਿੱਚ ਉੱਥੇ ਇਹੀ ਕਿਹਾ ਹੈ ਕਿ ਜਿਹੜਾ ਆ ਸਿੱਖਿਆ ਵਿਭਾਗ ਦੇ ਜਿਹੜੇ ਮੁਖੀ ਨੇ ਜਾਂ ਵੱਡੇ ਅਹੁਦੇਦਾਰ ਨੇ ਅਧਿਕਾਰੀ ਨੇ ਉਹਨਾਂ ਨੂੰ ਜਿਹੜਾ ਦਿੱਲੀ ਲਿਜਾਇਆ ਜਾਏਗਾ। ਦਿੱਲੀ ਜਾ ਕੇ ਉੱਥੇ ਜਿਹੜਾ ਆ ਸਿੱਖਿਆ ਦਾ ਮਿਆਰ ਹੈ, ਸਿੱਖਿਆ ਦਾ ਪ੍ਰਸਾਰ ਹੈ ਜਾਂ ਸਿੱਖਿਆ ਕਿਸ ਤਰ੍ਹਾਂ ਜਿਹੜੀ ਆ ਦਿੱਤੀ ਜਾਂਦੀ ਆ ਉਹਨਾਂ ਨੂੰ ਉੱਥੇ ਬਾਰੇ ਜਿਹੜਾ ਜਾਣੂ ਕਰਵਾਇਆ ਜਾਏਗਾ ਅਤੇ ਫਿਰ ਜਿਹੜਾ ਆ ਇੱਥੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਜਿਹੜਾ ਆ ਸਿੱਖਿਆ ਕਿਵੇਂ ਦੇ ਸਤਰ ਨੂੰ ਉੱਪਰ ਚੱਕਣਾ ਆ ਜਾਂ ਕੀ ਕਮੀਆਂ ਪੇਸ਼ੀਆਂ ਨੇ ਅਤੇ ਉਹਦੇ ਵਿੱਚ ਜਿਹੜੀ ਆ ਲਗਾਤਾਰ ਜਿਹੜਾ ਸੁਧਾਰ ਕੀਤਾ ਜਾਏਗਾ। ਅਤੇ ਇਹ ਵੀ ਇੱਕ ਗੱਲ ਕਹਿ ਸਕਦੇ ਹਾਂ ਕਿ ਜੇਕਰ ਕਮੀ ਹੈਗੀ ਆ ਤਾਂ ਉਹ ਚਾਹੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੀ ਗੱਲ ਕਰ ਲਈਏ, ਸਿਰਫ ਇੱਕ ਇਮਾਰਤ ਸੋਹਣੀ ਹੋਣਾ, ਇਮਾਰਤ ਦੇ ਵਿੱਚ ਪੱਖੇ ਲੱਗਣੇ, ਏਸੀ ਲੱਗਣੇ ਜਾਂ ਕੰਪਿਊਟਰਾਈਜ਼ ਤੁਸੀਂ ਜਿਹੜੀ ਸਟੱਡੀ ਕਰਵਾਉਣਾ, ਔਨਲਾਈਨ ਸਟੱਡੀ ਕਰਵਾਉਣਾ ਹੀ ਸਭ ਕੁਛ ਨਹੀਂ ਹੁੰਦਾ, ਪਰ ਜਿੱਥੇ ਅਧਿਆਪਕਾਂ ਦੀਆਂ ਆਪਣੀਆਂ ਮੰਗਾਂ ਨੇ ਉਹਨਾਂ ਦੀਆਂ ਜਿਹੜੀਆਂ ਨੇ ਕੁਝ ਵੀ ਪ੍ਰੋਬਲਮਾਂ ਨੇ। ਅਤੇ ਹੁਣ ਜਿਹੜਾ ਸ਼ੋਅ ਦਾ ਸਮਾਂ ਸਮਾਪਤ ਹੋ ਰਿਹਾ ਆ ਅਤੇ ਮੈਨੂੰ ਦਿਓ ਇਜਾਜ਼ਤ, ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ।